ਯਾਰ ਮੈਂ ਗੈਂਦਾ ਨਿਕਲ ਜਾ ਵਿੱਚੋਂ ਪਾੜ ਕੇ ਉਹ ਆਹੀ ਪੇੜਕ ਲੈਪਾਂ ਕਰਕੇ ਚੋਪੜ ਕਰਦਾ ਨਹੀਂ ਉਹ ਛੋੜ ਰਹੇ ਸੋਲੋ ਡੋਲੋ ਮੂਵ ਕਰੇ ਗੈਸ ਹੂਸ ਬੈਕ ਹੈਲੋ ਗਾਇਸ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਜਿਹਦਾ ਨਾਮ ਆ ਵਲੌਗ ਸਪਲੈਂਡਰ ਆਓ ਦਿਲ ਦਾ ਨਹੀਂ ਮਾੜਾ ਮੇਰਾ ਸਿੱਧੂ ਮੂਸੇ ਵਾਲਾ ਨਹੀਂ ਜਿਹੜਾ ਜੁੰਦਾ ਤੇਰਾ ਯਾਰ ਹੋਰ ਸਾਰੇ ਭੈਣ ਭਰਾ ਕਿਵੇਂ ਹੋ ਸਹਿਤਾ ਕੈਮ ਨੇ ਵੀਡੀਓ ਇੰਜੋਏ ਕਰਦੇ ਹੋ ਜੇ ਕਰਦੇ ਹੋ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਵੱਧ ਤੋਂ ਵੱਧ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਯਾਰ ਤੁਹਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਸਪੀਡ ਬਹੁਤ ਸਲੋ ਆ ਵੀਡੀਓ ਨੂੰ ਵਿਊ ਤਾਂ ਦੇਈ ਜਾਂਦੇ ਹੋ ਦੇਖਣ ਵਾਲੇ ਵੀ ਕਰੋ ਸਬਸਕ੍ਰਾਈਬ ਜਿਹੜੇ ਸਬਸਕ੍ਰਾਈਬ ਨਹੀਂ ਕਰਦੇ ਹੋ ਕਰਿਆ ਕਰੋ ਹੁਣ ਯਾਰ 70% 60% ਵੀਡੀਓ ਨੂੰ ਉਹ ਦੇਖਦਾ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਹੋਇਆ ਤੇ ਜਿਹੜੇ 40% ਰਹਿੰਦੇ ਆ ਉਹ ਵੀ ਸਬਸਕ੍ਰਾਈਬ ਕਰ ਲਓ 10K 12K ਜਿੰਨੇ ਵੀ ਹੁੰਦੇ ਆ ਕਰ ਲਓ ਆਪਾਂ ਵੈਸੇ ਫੋਰਸ ਨਹੀਂ ਕਰਦੇ ਵੀ ਯਾਰ 10K ਕਰ ਦਿਓ ਜਲਦੀ ਜਲਦੀ 15K ਕਰ ਦਿਓ ਜਲਦੀ ਜਲਦੀ ਨਹੀਂ ਤੁਸੀਂ ਸਬਸਕ੍ਰਾਈਬ ਕਰੋ ਕੋਈ ਚੱਕਰ ਨਹੀਂ ਹੌਲੀ ਹੌਲੀ ਹੁੰਦੇ ਕੋਈ ਦਿੱਕਤ ਵਾਲੀ ਗੱਲ ਨਹੀਂ ਆਪਾਂ ਫੋਰਸ ਨਹੀਂ ਕਰਦੇ ਥੋਪ ਨਹੀਂ ਰਹੇ ਤੁਹਾਡੇ ਤੇ ਗੱਲ ਆਪਾਂ ਤੁਹਾਨੂੰ ਪਿਆਰ ਨਾਲ ਹੀ ਕਹਿ ਰਹੇ ਹਾਂ ਤੁਹਾਡੇ ਛੋਟੇ ਭਰਾ ਵੱਡੇ ਭਰਾ ਬਣ ਕੇ ਸਹੀ ਆ ਜਿਹਨੂੰ ਵਧੀਆ ਲੱਗਦੀ ਵੀਡੀਓ ਸਬਸਕ੍ਰਾਈਬ ਕਰ ਦੇ ਹਾਂ ਤੇ ਚੱਲਦੀ ਚੱਲਦੀ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਯਾਰ ਠੀਕ ਆ ਤੇ ਚੱਲਦੇ ਚੱਲਦੀ ਵੀਡੀਓ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਜੇ ਚੈਨਲ ਸਬਸਕ੍ਰਾਈਬ ਕਰਨ ਨਾਲ ਹੁੰਦਾ ਤੇ ਦੂਜਾ ਚੈਨਲ ਵੀ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਨਹੀਂ ਕੀਤਾ ਹੋਇਆ ਰਿਐਕਟ ਹੱਬ ਜਿੱਥੇ ਰਿਐਕਸ਼ਨ ਵੀਡੀਓ ਆਉਂਦੀਆਂ ਨੇ ਤੇ ਤੁਸੀਂ ਡਿਮਾਂਡ ਕਰ ਸਕਦੇ ਹੋ ਕਿਹੜੇ ਗਾਣਿਆਂ ਤੇ ਨਵੇਂ ਪੁਰਾਣੇ ਚਾਹੇ 올ਡ ਸਕੂਲ ਗਾਣੇ ਜਿੰਨੇ ਮਰਜ਼ੀ ਪੁਰਾਣੇ ਗਾਣੇ ਜਿਹਦੇ ਮਰਜ਼ੀ ਜਿਹੜੇ ਪੁਰਾਣੇ ਲੈਜੈਂਡ ਸੀ ਬਿੰਦਰ ਰੱਖੀਆ ਕੁਲਵਿੰਦਰ ਢਿੱਲੋਂ ਹੋ ਗਿਆ ਹਨਾ ਪੁਰਾਣੇ ਲੈਜੈਂਡ ਹੋ ਗਏ ਸੋਨੀ ਪਾਵਲਾ ਜੀ ਹੋ ਗਏ ਇਹਨਾਂ ਦੇ ਗਾਣੇ ਪੁਰਾਣੇ ਕਿਉਂਕਿ ਪਹਿਲਾਂ ਵੀ ਗੱਲ ਕੀਤੀ ਹੋਈ ਹੈ ਜਦੋਂ ਆਪਾਂ ਉਹ ਗਾਣੇ ਕੀਤਾ ਸੀਗਾ ਰੁੱਤ ਪਿਆਰ ਦੀ ਠੀਕ ਆ ਤੇ ਉਹਦੇ ਤੇ ਆਪਾਂ ਗੱਲ ਕੀਤੀ ਹੋਈ ਸੀ ਪੁਰਾਣੇ ਗਾਣੇ ਵੀ ਆਪਾਂ ਕਰਾਂਗੇ ਹਨਾ ਉਸ ਤੋਂ ਪਹਿਲਾਂ ਵੀ ਗੱਲ ਕੀਤੀ ਹੋਈ ਆ ਕਿ ਪੁਰਾਣੇ ਗਾਣੇ ਕਰਿਆ ਕਰਾਂਗੇ ਕੋਈ ਇਹ ਨਹੀਂ ਕਿ ਆਪਾਂ ਹੁਣ ਨਵੀਂ ਗੱਲ ਕਰਨ ਲੱਗੇ ਆ ਜਾਂ ਨਵਾਂ ਕੋਈ ਕੰਟੈਂਟ ਫੜਿਆ ਸਗੋਂ ਵਧੀਆ ਉਹ ਤੁਸੀਂ ਸਪੋਰਟ ਕਰੋ ਆਪਾਂ ਨੂੰ ਆਪਾਂ ਉਹ ਗਾਣੇ ਵੀ ਖਿੱਚ ਕੇ ਲੈ ਕੇ ਆਵਾਂਗੇ ਅੱਗੇ ਲੈ ਕੇ ਆਵਾਂਗੇ ਪੁਰਾਣੇ ਗਾਣੇ ਜਿਹੜੇ ਲੈਜੈਂਡ ਜਿਹੜੇ 올ਡ ਇਜ਼ 골ਡ ਫੋਰਐਵਰ ਨੇ ਜਿਹੜੇ ਗਾਣੇ ਉਹਨਾਂ ਗਾਣਿਆਂ ਦੀ ਗੱਲ ਕਰਦੇ ਆ ਸੋ ਥੰਬਨੇਲ ਤੁਹਾਡੇ ਮੂਹਰੇ ਸ਼ੋਅ ਹੋ ਰਿਹਾ ਲੈਜੈਂਡ ਹਾਂ ਪ੍ਰੀਤ ਦੇ ਫੋਨ ਚ ਸਨੈਪਚੈਟ ਹੈ ਹੀ ਨੀ ਕਿਸੇ ਦੇ ਵੀ ਕਹਿੰਦਾ ਸੀ ਵੀ ਯੂਜ਼ ਹੀ ਨਹੀਂ ਕੀਤੀ ਕਦੇ ਹਾਂ ਉਹੀ ਕਿ ਪ੍ਰੀਤ ਦੇ ਫੋਨ 'ਚ ਸਨੈਪਚੈਟ ਹੈ ਨਹੀਂ ਕਿ ਦਿਖਾ ਦਿਓ ਨਾ ਮੇਰੇ ਫੋਨ 'ਚ ਸਨੈਪਚੈਟ ਆ ਸਾਨੂੰ ਤਾਂ ਸਨੈਪਚੈਟ ਚਲਾਉਣੀ ਨਹੀਂ ਆਉਂਦੀ ਮੈਂ ਵੀ ਸਨੈਪਚੈਟ ਹੁਣੇ ਚਲਾਈ ਆ ਕਹਿੰਦਾ ਸੋ ਇੱਕ ਦੂਜੀ ਚੀਜ਼ ਸਭ ਤੋਂ ਵੱਡੀ ਆ ਤੁਹਾਡੇ ਮੂਹਰੇ ਥੰਬਨੇਲ 'ਚ ਹੋ ਰਿਹਾ 4 ਵਲੌਗ ਯਾਰ ਕਿੱਡਾ ਬਗੈਰਤ ਬੰਦਾ ਕਿੱਡਾ ਬੇਸ਼ਰਮ ਬੰਦਾ 4 ਵਲੌਗ ਮੰਮੀ ਦੀ ਬਿਮਾਰ ਹੋਈ ਤੀ ਬਣਾ ਤੀ ਉਹਦੇ ਮੰਮੀ ਦੇ ਥੰਬਨੇਲ ਲਾਈ ਜਾਂਦਾ ਜੇ ਯਾਰ ਨਹੀਂ ਠੀਕ ਹੈ ਕਿ ਕਮ ਸੇ ਕਮ ਧਿਆਨ ਰੱਖੋ ਚੀਜ਼ ਦਾ ਕੈਮਰੇ ਤੋਂ ਬਾਹਰ ਨਿਕਲ ਜੋ ਯਾਰ ਕਿੱਡਾ ਬੇਸ਼ਰਮ ਬੰਦਾ ਯਾਰ ਤੂੰ ਚਾਰ ਜੇ ਤੈਨੂੰ ਹੱਥਾਂ ਪੈਰਾਂ ਦੀ ਪਈ ਹੋਵੇ ਨਾ ਕਿ ਤੇਰੀ ਮਾਂ ਬਿਮਾਰ ਆ ਸਾਨੂੰ ਹੋਵੇ ਸਾਡੀ ਮਾਂ ਬਿਮਾਰ ਆ ਸਾਡੇ ਘਰੋਂ ਕੋਈ ਬਿਮਾਰ ਆ ਬਾਈ ਅਸੀਂ ਵੀਡੀਓ ਥੋੜਾ ਪਾਵਾਂਗੇ ਤੁਸੀਂ ਕਿਉਂ ਐਡੇ ਬੇਸ਼ਰਮ ਹੋ ਜਾਂਦੇ ਹੋ ਤਾਂ ਤੈਨੂੰ ਬਾਵੇ ਅੱਗੇ ਵੀ ਕਿਹਾ ਵਾ ਕਿ ਯਾਰ ਤੂੰ ਸੁਧਰ ਤੇਰੇ ਕੰਟੈਂਟ ਨੂੰ ਲੈ ਕੇ ਬੋਲਦੇ ਆ ਤੂੰ ਬੰਦਾ ਠੀਕ ਆ ਨਹੀਂ ਠੀਕ ਉਹ ਇੱਕ ਗੱਲ ਲੈਦਾ ਤੂੰ ਨਹੀਂ ਠੀਕ ਹੈਗਾ ਤੂੰ ਟੋਪਾ ਬੰਦਾ ਉਹ ਪਤਾ ਸਾਨੂੰ ਸਹੀ ਆ ਸੋ ਦੂਜੀ ਗੱਲ ਇਹ ਆ ਕਿ ਕੰਟੈਂਟ ਕਰਕੇ ਤੈਨੂੰ ਐਂ ਬੋਲਦੇ ਆ ਹੁੰਦੇ ਸਾਰੇ ਤੂੰ ਕਿਉਂ ਨਹੀਂ ਸੁਧਾਰਦਾ ਪਿਆ ਕੰਟੈਂਟ ਆਪਦਾ ਕਿਉਂ ਬੇਵਕੂਫਾਨੀਆਂ ਗੱਲਾਂ ਕਰਦਾ ਤੇਰੀ ਮਾਤਾ ਬਿਮਾਰ ਆ ਤੇ ਤੂੰ ਬਲੌਗਿੰਗ ਕਰਨ ਲੱਗਿਆ ਹੋਇਆ ਹੁਣ ਫਾਇਦਾ ਕੀ ਮੰਮੀ ਢਿੱਲੀ ਆ ਉੱਤੇ ਬਲੌਗ ਪਾ ਰਿਹਾ ਤੂੰ ਗੁੱਡ ਬਾਈ ਪਾਊਗੀ
ਇਹ ਚੀਜ਼ਾਂ ਯਾਰ ਤੂੰ ਲੱਗ ਰੱਖ, ਤੂੰ ਕਿਉਂ ਬੇਵਕੂਫ, ਤੂੰ ਕਿਉਂ ਬੇਵਕੂਫ, ਤੇਰੀ ਜ਼ਬਾਨ ਹੋਈ ਸੀ ਠੀਕ ਆ, ਸਾਡੇ ਕੋਲ ਰਿਕਾਰਡਿੰਗ ਪਈ ਆ ਕਿ ਮੈਂ ਵੀਰੇ ਅੱਜ ਤੋਂ ਬਾਅਦ ਆਪਣੀ ਫੈਮਿਲੀ ਨੂੰ ਵਲੌਗ ਵਿੱਚ ਲੈ ਕੇ ਹੀ ਨਹੀਂ ਆਉਣਾ, ਮੈਂ ਪ੍ਰੀਤ ਤੇ ਅਸੀਂ ਆਪਣੇ ਵਲੌਗਿੰਗ ਕਰਿਆ ਕਰਾਂਗੇ। ਤੇਰੀ ਜ਼ਬਾਨ ਹੀ ਹੈ ਨਹੀਂ ਯਾਰ, ਤੂੰ ਬੰਦਾ ਕਿ ਕੀ ਆ? ਨਹੀਂ ਲੈ ਕੇ ਆਏਗਾ ਬੈਟਰ ਹੀ ਆ। ਤੂੰ ਕਿਹਾ ਸੀਗਾ ਠੀਕ ਆ, ਤੂੰ ਕਿਹਾ ਸੀਗਾ ਕਿ ਹਾਂ ਮੈਂ ਰਿੰਪਲ ਬਾਈ ਦੇ ਵੀ ਹਾਂ ਵੀ ਡੈਡੀ ਹੈ ਨਹੀਂ ਕਿ ਮੈਂ ਸੋਰੀ ਮੰਗੂੰਗਾ। ਤੂੰ ਕਿੰਨੀਆਂ ਵੀਡੀਓ ਪਾਤੀਆਂ, ਤੂੰ ਇੱਕ ਵੀਡੀਓ 'ਚ ਸੋਰੀ ਨਹੀਂ ਮੰਗੀ, ਉੱਤੋਂ ਤੂੰ ਜਿਹੜੀ ਆਪਣੀ ਮੰਮੀ ਬਿਮਾਰ ਹੋਈ ਵਾਲੀ 'ਚ ਵੀਡੀਓ 'ਚ ਬੋਲ ਰਿਹਾ ਵਾਂ ਕਿ ਕਹਿ ਰਿਹਾ ਮੰਮੀ ਬਿਮਾਰ ਆ ਸਾਨੂੰ ਹੱਥਾਂ ਪੈਰਾਂ ਦੀ ਪਈ ਪਈ ਆ, ਉਹ ਵੀਡੀਓ ਦੇ ਹਰ ਐਂਡ ਦੇ ਪਾਰਟ ਦੇ ਵਿੱਚ ਜਾ ਕੇ ਤੂੰ ਕਹਿ ਰਿਹਾ ਵਾਂ ਕਿ ਜਵਾਬ ਤਾਂ ਮੈਂ ਠੋਕ ਮਾਂ ਦਊਂਗਾ, ਰਿਪਲਾਈ ਤਾਂ ਦਊਂਗਾ ਉਸ ਬੰਦੇ ਨੂੰ ਮੈਂ ਫਲਾਨਾ ਬਿਮਾਰ ਵਾਲੀ ਵੀਡੀਓ 'ਚ, ਹਾਂ ਉਹਨਾਂ 'ਚ ਬੋਲੀ ਜਾਂਦਾ। ਤੇ ਇਹ ਬੰਦੇ ਨੂੰ ਹੈ ਹੀ ਸਿਰਫ ਵਿਊਆਂ ਦੀ ਭੁੱਖ, ਕਿਉਂ ਨਾ ਬੋਲੀਏ ਫਿਰ ਅਸੀਂ ਇਹਨੂੰ ਗਲਤ? ਤੇ ਹੁਣ ਨਹੀਂ ਇਹਦੇ ਘਰਦਿਆਂ ਨੂੰ ਦੇਖਦਾ ਕਿ ਇਹ ਵਲੌਗਸ ਦੇ ਵਿੱਚ ਕੀ ਬੋਲਦਾ ਪਿਆ ਵਾ ਕਿ ਹਾਂ ਹੁਣ ਤਾਂ ਮੈਂ ਜਵਾਬ ਦਊਂਗਾ, ਸਾਰੀ ਗੱਲ ਨਾਲੇ ਖਤਮ ਹੋ ਗਈ ਸੀ ਸਾਰਿਆਂ ਕੋਲ, ਜਿੰਨੇ ਦਿਨ ਟੱਪੇ ਗਏ ਨੇ ਗੱਲ ਨਹੀਂ ਕੋਈ ਹੋਈ, ਇੱਕ ਬੰਦੇ ਜ਼ਿੰਮੇਵਾਰ ਹੋਊਗਾ ਜੇ ਮੇਰੀ ਮਾਂ ਨੂੰ ਕੁਛ ਹੋਗਾ। ਯਾਰ ਤੂੰ ਚਾਹੁੰਦਾ ਤੇਰੀ ਮਾਂ ਨੂੰ ਕੁਛ ਹੋਵੇ? ਸਾਲੀ ਤੇਰੀ ਪੋਜ਼ਿਟਿਵਿਟੀ ਨਹੀਂ ਹੈਗੀ, ਤੂੰ ਬੰਦਾ ਹੀ ਕਿੰਨਾ ਨੈਗੇਟਿਵ ਆ। ਆਹ ਵਲੌਗ ਛੱਡ ਕੇ ਸਗੋਂ ਤੂੰ ਧਿਆਨ ਦੇ ਕਿ ਉਹ ਜਲਦੀ ਠੀਕ ਹੋਣ। ਉਹ ਬੜਾ ਬੇਕਾਰ ਬੰਦਾ ਯਾਰ, ਤੂੰ ਸੀਰੀਅਸਲੀ ਮੈਂ ਨਾ ਥੰਬਨੇਲ ਦੇਖ ਲਓ, ਚੱਕ ਚੱਕ ਕੇ ਫੇਕ ਥੰਬਨੇਲ ਲਾਈ ਜਾਂਦਾ, ਪ੍ਰੈਗਨੈਂਟ ਔਰਤਾਂ ਦੇ ਥੰਬਨੇਲ ਲਾਈ ਜਾਂਦਾ, ਲਿਖੀ ਜਾਂਦਾ ਮੇਰੀ ਮਾਂ। ਕਿੱਡਾ ਬੇਸ਼ਰਮ ਬੰਦਾ, ਕਿੱਡਾ ਘਟੀਆ ਸੋਚਦਾ ਬੰਦਾ ਯਾਰ ਇਹ। ਜੇ ਨਹੀਂ ਥੰਬਨੇਲ ਆਉਂਦੇ ਕਿਸੇ ਕੋਈ ਹਾਇਰ ਕਰ ਲਓ ਬੰਦਾ, ਓਦਾਂ ਕਹਿੰਦੇ ਆ ਠੀਕ ਆ, ਜਦੋਂ ਕੋਈ ਗੱਲ ਹੁੰਦੀ ਆ ਵੀ ਇਹਦੇ ਵਲੌਗ ਨਾ ਦੇਖੋ। ਹੁਣ ਇਹ ਸਾਨੂੰ ਪ੍ਰਵੋਕ ਕਰਦਾ ਪਿਆ ਵਾਰ ਵਾਰ ਕਿ ਮੈਂ ਠੋਕਵੇਂ ਜਵਾਬ ਦਊਂਗਾ, ਮੈਂ ਐਂ ਕਰੂੰਗਾ। ਉਂਗਲ ਕਰ ਰਿਹਾ ਜਾਣ ਜਾਣ ਕੇ ਹਰ ਨਾਲੇ। ਯਾਰ ਦੇਖ, ਚੱਲ ਪਹਿਲੀ ਗੱਲ ਆ ਕਿ ਤੂੰ ਵੀਡੀਓ ਪਾ ਰਿਹਾ ਵਾ, ਪਰਿਵਾਰ ਦਿਖਾ ਰਿਹਾ ਮੇਰੀ ਮਾਂ ਬਿਮਾਰ ਆ, ਚੱਲ ਤੂੰ ਉਹਦੇ ਤੇ ਕੰਸੈਂਟਰੇਟ ਕਰਕੇ ਚੱਲ। ਤੂੰ ਐਂਡ ਦੇ ਵਿੱਚ ਕਹਿ ਰਿਹਾ ਜਵਾਬ ਤਾਂ ਮੈਂ ਠੋਕ ਕੇ ਦਊਂਗਾ, ਸਾਨੂੰ ਜਿਹੜੀਆਂ ਵਿੱਚੋਂ ਗੱਲਾਂ ਮਿਲਦੀਆਂ ਨੇ ਤੇਰੇ ਰਿਸ਼ਤੇਦਾਰ, ਤੇਰੇ ਲਾਗੇ ਤਾਗਿਓ, ਤੇਰੇ ਸਰਕਲ ਦੇ ਗੱਲਾਂ ਮਿਲਦੀਆਂ ਨੇ ਨਾ, ਤੇਰੇ ਘਰ ਪਰਿਵਾਰ ਤੇਰੇ ਸਰਕਲ ਚੋਂ, ਵਾਕਿਆ ਗੱਲਾਂ ਸੱਚ ਨੇ। ਤੂੰ ਬੜਾ ਫੁੱਦੂ ਕਿਸਮ ਦਾ ਬੰਦਾ, ਤੇਰਾ ਦਿਮਾਗ ਹੀ ਇੰਨੀ ਸਾਲਾ। ਗੱਲ ਵੀ ਸਹੀ ਆ ਕਿ ਬਿਮਾਰੀ ਵਾਲਾ ਤੂੰ ਪਾ ਹੀ ਦਿੱਤਾ, ਉਹ ਚੀਜ਼ ਲੱਗ ਹੀ ਰੱਖ ਉਹ 'ਚ ਤੈਨੂੰ ਫੇਰ ਵਿੱਚ ਲੈਣ ਦੀ। ਤੂੰ ਅਲੱਗ ਵੀਡੀਓ ਬਣਾ ਲਾ, ਜੇ ਕੋਈ ਪੰਗਾ ਤੂੰ ਲੈਣਾ ਹੀ ਆ ਉਹ ਪਰਸਨਲੀ ਅਲੱਗ ਬਣਾ ਲਾ, ਉਹ 'ਚ ਜ਼ਿਕਰ ਹੀ ਨਾ ਕਰਨਾ, ਆਪਣੀ ਵਾਈਫ ਲੈ ਕੇ ਆ, ਨਾ ਜਵਾਕ ਲੈ ਕੇ, ਨਾ ਮਾਂ ਲੈ ਕੇ, ਇਕੱਲਾ ਬਹਿ ਕੇ ਬੋਲੀ ਚੱਲ ਜਿਹਨੂੰ ਬੋਲਣਾ। ਹੋਰ ਯਾਰ ਮੈਂ ਹੈਰਾਨ ਦੇਖ ਕੇ, ਮੈਂ ਕਿਹਾ ਕੀ ਕਰੀ ਜਾਂਦਾ ਯਾਰ ਬੰਦਾ। ਇਹਦੀ ਵੀਡੀਓ ਦੇਖੀ ਇਹਦੀ, ਇਹਨੇ ਨਹੀਂ ਸੁਧਰਨਾ, ਇਹ ਸੁਧਰ ਨਹੀਂ ਸਕਦਾ ਬਾਈ। ਇਹ ਇਹਨੂੰ ਇੰਨਾ ਨਹੀਂ ਪਤਾ ਕਿ ਜੋ ਇਹ ਇਹ ਮਤਲਬ ਘਰੇ ਟੈਨਸ਼ਨ, ਉਹਦੇ ਮਾਤਾ ਨੂੰ ਟੈਨਸ਼ਨ ਆ ਠੀਕ ਆ, ਆਂਟੀ ਠੀਕ ਹੋਵੋ, ਸਾਡੇ ਵੱਲੋਂ ਇਹੀ ਦੁਆਵਾਂ ਨੇ, ਜਲਦੀ ਠੀਕ ਹੋਵੋ, ਤੰਦਰੁਸਤ ਹੋ ਕੇ ਆਪਣਾ ਵਧੀਆ ਘਰ ਬਾਰ ਤੁਸੀਂ ਦੇਖੋ, ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ, ਤੁਸੀਂ ਇਸ ਬਗੈਰ ਤੁਹਾਨੂੰ ਛੱਡੋ, ਇਹਦੀਆਂ ਟੈਨਸ਼ਨਾਂ ਲੈਣੀਆਂ ਛੱਡੋ, ਤੁਸੀਂ ਇਹਦੀਆਂ ਟੈਨਸ਼ਨਾਂ ਲੈ ਕੇ ਆਪ ਬਿਮਾਰ ਪੈਂਦੇ, ਇਹਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਡੱਕੇ ਦਾ, ਠੀਕ ਆ ਜੀ। ਤੁਹਾਨੂੰ ਆਪਾਂ ਕਹਿੰਦੇ ਹਾਂ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖੋ, ਅੰਕਲ ਨੂੰ ਕਹਿੰਦੇ ਅੰਕਲ ਦੀ ਆਪਾਂ ਦਿਲੋਂ ਰਿਸਪੈਕਟ ਕਰਦੇ ਹਾਂ, ਠੀਕ ਹੈ, ਭਾਈ ਦੀ ਰਿਸਪੈਕਟ ਕਰਦੇ ਹਾਂ, ਦੋਨਾਂ ਦੀ ਦਿਲੋਂ ਰਿਸਪੈਕਟ ਕਰਦੇ ਹਾਂ, ਕਿਉਂਕਿ
ਪਾਓ ਜੀ ਸੱਦ ਕੇ ਪਾਓ, ਪਰ ਇਹਦਾ ਭਰਾ ਵੀ ਸੋਚ ਸਕਦਾ ਜਾਂ ਬਾਕੀ ਦੁਨੀਆਂ ਵੀ ਸੋਚ ਸਕਦੀ ਕਿ ਯਾਰ ਮੈਂ ਵੀ ਸਾਲਾ ਵਿਹਲਾ ਬਹਿ ਕੇ ਯੂਟਿਊਬ ਵੀ ਕਰੀ ਜਾਵਾਂ, ਬਲੌਗ ਕਿ ਸਹੀ ਆ ਉਹ ਭਰਾ ਚੋਂ ਗੱਡੀ ਵੀ ਲੈ ਲਿਆ ਸਾਰਾ ਕੁਝ ਲੈ ਲਿਆ, ਜੋ ਚੀਜ਼ ਸਗੋਂ ਚੰਗੇ ਵੇ ਚ ਦਿਖਾ ਤੂੰ, ਜੇ ਕੋਈ ਚੰਗਾ ਕੰਟੈਂਟ ਪਾਏ ਸਗੋਂ ਅਗਲਾ ਫੋਲੋ ਵੀ ਉਹ ਆਹ ਚੀਜ਼ਾਂ ਦੇਖ ਕੇ ਅਗਲਾ ਮਤ ਅਗਲਾ ਕਹਿੰਦਾ ਹੋਣਾ ਨਹੀਂ ਭਰਾਵਾ ਯਾਰ ਠੀਕ ਆ ਮੈਂ ਭੈਣ ਚੁੱਲੂ ਕਹਿਤਾ ਬੈਠਾ ਕਿਹਾ ਬੈਠਾ ਓਬਵੀਅਸਲੀ ਉਹੀ ਗੱਲ ਆ, ਤੂੰ ਯਾਰ ਤੂੰ ਇੱਕ ਚੀਜ਼ ਸੋਚ ਕੇ ਦੇਖ, ਉਹ ਕੰਮ ਕਰੋ ਲੋਕ ਦੇਖ ਕੇ ਜੁੜਨ ਸੋਚਣ ਕਿ ਅਸੀਂ ਵੀ ਯਾਰ ਆਹ ਚੀਜ਼ ਕਰੀਏ, ਨਾ ਕਿ ਇਹ ਕਿ ਅਸੀਂ ਕਦੇ ਵੀ ਨਾ ਕਰੀਏ। ਆਪਾਂ ਜੇ ਘਰੇ ਕੋਈ ਬਿਮਾਰ ਹੋਵੇ ਹੱਥਾਂ ਪੈਰਾਂ ਦੀ ਪੈ ਜਾਂਦੀ ਆ ਸਾਰਾ ਫੋਨ ਚੱਕਣ ਦਾ ਕਹਿੰਦਾ, ਜਦੋਂ ਆਪਾਂ ਪਰਸੋਂ ਚੌਥੇ ਦੀ ਗੱਲ ਛੱਡ ਆ ਜਦੋਂ ਆਹ ਪਿੱਛੇ 10-15 ਦਿਨ ਵੀਡੀਓ ਨਹੀਂ ਪਾਇਆ ਜੋ ਤੇਰੇ ਪਾਪਾ ਬਿਮਾਰ ਸੀ, ਠੀਕ ਆ ਉਲਟੀਆਂ ਲੱਗੀਆਂ ਸੀਗੀਆਂ ਤੇ ਬੁਖਾਰ ਸੀਗਾ, ਠੀਕ ਆ ਬਾਈ ਸਾਲੀ ਵੀਡੀਓ ਕੀ ਕੈਮਰਾ ਸੈੱਟ ਕਰਨ ਨੂੰ ਦਿਲ ਨਹੀਂ ਕਰਦਾ ਸੀ, 10-15 ਦਿਨ ਮਹੀਨਾ ਮਹੀਨਾ ਵੀਡੀਓ ਨੀ ਪਾਈ, ਕਿਤੇ ਕੰਮ ਨੀ ਖੜ ਗਿਆ ਉਹਦਾ ਵੀ ਸ਼ਰਮ ਬੰਦਾ ਬਾਈ ਐਡੀ ਗੱਲ ਵੀ ਨੀ ਸੀ, ਪਰ ਤਾਂ ਵੀ ਇਹ ਹੁੰਦਾ ਫਿਕਰ ਹੁੰਦਾ ਕਿ ਯਾਰ ਇੱਕ ਚੀਜ਼ ਵੀ ਹੋਈ ਆ ਉਹਨੂੰ ਇੱਥੇ ਸੰਭਾਲ ਲਈਏ ਟੇਕ ਕੇਅਰ, ਅਸੀਂ ਅਸੀਂ ਥੰਬਨੇਲ ਲਾ ਕੇ ਵੀਡੀਓ ਪਾਉਣ ਲੱਗ ਜਾਂਦੇ ਵਲੌਗਿੰਗ ਕਰਨ ਲੱਗ ਜਾਂਦੇ, ਕੀ ਸਾਲੀ ਲਾਣਤੀ ਆ ਤੂੰ ਬੇਸ਼ਰਮ ਬੰਦਾ, ਬਾਕੀ ਬੇਸ਼ਰਮ ਚਲੋ ਵਲੌਗ ਅਸੀਂ ਵੀ ਬਣਾ ਸਕਦੇ ਹਾਂ ਉਹ ਚੀਜ਼ਾਂ ਦੇ, ਕਿਉਂ ਨੀ ਬਣਾਉਂਦੇ ਇਹ ਲੋਕ ਨੀ ਬਣਾਉਂਦੇ, ਅਸੀਂ ਹੋਰ ਐਕਸਪੈਰੀਮੈਂਟ ਕਰਦੇ ਹਾਂ ਹੋਰ ਨਵੀਆਂ ਨਵੀਆਂ ਵੀਡੀਓ ਪਾਉਂਦੇ ਹਾਂ, ਦੇਖੀਆਂ ਕਦੇ ਤੂੰ ਚਾਹੇ ਵਿਊ ਆਉਣ ਨਾ ਆਉਣ ਕੋਈ ਚੱਕਰ ਨੀ, ਅਸੀਂ ਐਕਸਪੈਰੀਮੈਂਟ ਕਰਦੇ ਹਾਂ ਵੀਡੀਓ ਨਵੀਆਂ ਪਾਉਂਦੇ ਹਾਂ ਕਦੇ ਔਰਤ ਪਾਉਂਦੇ ਹਾਂ, ਹਰ ਹੱਕ ਲਈ ਬੋਲਦੇ ਤੂੰ ਕਿੰਨਾ ਕੁ ਬੋਲਿਆ ਕਲਕੱਤੇ ਵਾਲੀ ਕੁੜੀ ਵਾਸਤੇ, ਆਪਦਾ ਹੀ ਲੱਗਿਆ ਹਾਂ ਦੂੜ ਕੁਛ ਡੁੱਬ ਜਾਣ, ਆ ਵੀ ਦੇਖ ਲਈਏ ਕਿੱਦਾਂ ਬਰਫ਼ ਤੋੜਨ ਵਾਲੇ ਸੂਏ ਦੀ ਉਹ ਵੀ ਦੇਖ ਲਈਏ ਕਿ ਲਵ ਸਟੋਰੀ 2019 ਤੋਂ 2020 ਦੇ ਵਿੱਚ ਕਿਹਨਾਂ ਨੇ ਸਨੈਪਚੈਟ 'ਚ ਕੀ ਗੁੱਲ ਖਿਲਾ ਰਿਹਾ, ਗਾਲਾਂ ਲਾਈ ਜਾਂਦਾ ਗਾਲਾਂ ਵੀ ਕਿਹੜਾ ਲਾਈ ਜਾਂਦਾ, ਸਖਤ ਬੰਦੇ ਨਾਲ ਪਿਆਰ ਪਾ ਲਿਆ, ਸਖਤ ਬੰਦਾ ਦੇਖ ਲਾ ਮੂੰਹ ਚ ਰੁਮਾਲ ਪਾ ਕੇ ਟੇਢਾ ਹੋਈ ਬੈਠਾ, ਸਖਤ ਬੰਦਾ ਦੇਖ ਲਾ ਸਖਤ ਸਖਤ ਲੌਂਡਾ ਰੇ, ਤੂੰ ਤਾਂ ਬਰਫ਼ ਮਾਰ ਦਿੰਦਾ ਹੱਥ ਲੈ ਤੂੰ ਤਾਂ ਪਿਘਲ ਜੇ ਉਹ ਵਾਲੀ ਚੀਜ਼ ਆ ਤੂੰ ਤਾਂ ਹੁਣ ਤੁਸੀਂ ਆਪ ਇਸ ਚੀਜ਼ ਨੂੰ ਸਮਝ ਸਕਦੇ ਹੋ ਕਿ ਕਿੱਥੇ ਗੱਲ ਬਾਈ ਪਈ ਆ, ਜਾ ਕੇ ਫਸਟ ਮੀਟਿੰਗ ਬੰਦਾ ਕਦੋਂ ਲਿਖਦਾ ਹੁੰਦਾ, ਫਸਟ ਡੇਟ ਨੀ ਫਸਟ ਬੰਦਾ ਕਹਿੰਦਾ ਮੈਂ ਜਦੋਂ ਪੰਜਾਬੀ ਚ ਹੀ ਲਿਖ ਦਿੰਦਾ ਯਾਰ ਪੰਜਾਬੀ ਚ ਹੀ ਲਿਖ ਦਿੰਦਾ ਅੱਜ ਅਸੀਂ ਪਹਿਲੀ ਵਾਰ ਮਿਲੇ ਸੀ ਜਦੋਂ ਮਿਲੇ ਜਦੋਂ ਪਹਿਲੀ ਵਾਰ ਮਿਲੇ ਫਸਟ ਮੀਟਿੰਗ ਮੀਟਿੰਗ ਹੁਣ ਜੇ ਰੋਸਟਿੰਗ ਵਾਲਾ ਚੈਨਲ ਹੁੰਦਾ ਦੱਸ ਦਿੰਦੇ ਮੀਟਿੰਗ ਦਾ ਕਿੱਥੇ ਜਾਂਦੀ ਆ ਗੱਲ, ਪਿੰਡ ਚ
ਮੈਂ ਤਾਂ ਲੋਕੀ ਪਿੰਡ ਵਾਲੇ ਨੀ ਲਾ ਲਿਆਉਣਾ ਉਹਨਾਂ ਨੇ ਓਏ ਕਾਕਾ ਉਰੇ 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 ਆਹ ਕੋਈ ਨੀ ਚੱਲਣਾ ਕੰਜਰ ਘਾਟ ਜਿਹੜਾ ਸਕੂਟਰੀ ਨਾਲੇ ਸਕੂਟਰੀ ਤੇ ਗਾਣਾ ਲਾਇਆ ਏਡੀ ਫੁੱਲ ਬਾਜ ਕਰਕੇ ਨਾਲੇ ਵੀਡੀਓ ਬਣਾਉਣ ਲੱਗਿਆ ਹੋਇਆ ਪਿੰਡ ਵਾਲੇ ਦੇ ਜਿਹੜੇ ਪਿੰਡ ਚ ਨਿਕਲਣ ਲੋਕੀ ਦੇਖ ਕੇ ਹੱਥ ਦੇਣੇ ਆਹ ਜਮੂਰਾ ਜਾਂਦਾ ਓਏ ਉਦੋਂ ਸਾਲ ਉਹ ਲਵ ਸਟੋਰੀ ਚ ਕਿਹਾ ਨੀ ਨੇ ਕਿ ਇਹ ਫਿਰ ਦੁਬਾਰਾ ਮਿਲਿਆ ਸੀ ਇਹ ਬਾਹਰੋਂ ਆਏ ਆਏ ਸੀ ਉਦਣ ਉਹ ਪੂਰਾ ਹੁਣ ਪਿਓ ਰੁਮਾਲ ਭਰੀ ਆ ਉਹ ਕਹਿੰਦੀ ਰੁਮਾਲ ਹੁੰਦਾ ਹੈਗਾ ਤਾਂ ਉਹੀ ਆ ਫੀਲਿੰਗ ਚੱਲਦੀ ਬਾਹਰੋਂ ਐਨ ਆਰ ਆਈ ਮਤਲਬ ਆ ਜਿਹੜੀ ਪਹਿਲੀ ਡੇਟ ਸੀ ਪਹਿਲੀ ਬੰਕ ਮਾਰੀ ਸੀ ਕੰਮ ਤੋਂ ਉਹ ਉਦੋਂ ਦੀ ਫੋਟੋ ਵੀਡੀਓ ਜਦੋਂ ਕਹਿੰਦੀ ਮੈਂ ਸਕੂਟਰੀ ਭਜਾ ਲਈ ਪੁਲਿਸ ਵਾਲੀ ਨੂੰ ਦੇਖ ਕੇ ਤੇ ਉਹ ਉਹ ਵਾਲੀ ਸਨੈਪਚੈਟ ਆ ਇਹ ਠੀਕ ਆ ਇਹ ਨੀ ਠੀਕ ਸਮਾਂ ਪੁਰਾਣਾ ਸੀ ਇਹ ਨੀ ਠੀਕ ਹੈਗਾ ਭਰਾਵਾ ਇਹ ਨਾ ਠੀਕ ਹੈਗਾ ਤੇ ਨਾ ਕਦੇ ਠੀਕ ਹੋ ਸਕਦੀ ਹੈ ਜਿਨਸੇ ਜਲਦੀ ਪੀ ਜਲਦੀ ਮੂੰਹ ਦਿਖਾਈ ਕਿੱਦਾਂ ਚੱਕ ਤੂੰ ਉੱਪਰ ਆ ਜਾਂਦਾ ਕਰੀ ਕਰੀ ਦੁਬਾਰਾ ਕਰੀ ਦੁਬਾਰਾ ਖਿੱਚੀ ਇਹ ਫਿਰ ਕਰ ਘੁਮਾ ਕੇ ਆਪਣੇ ਦੋਨੇ ਕਰ ਲੈਂਦਾ ਹਾਂਜੀ ਦੇਖਿਓ ਸਮਾਈਲ ਕਰਿਓ ਖੜ ਕੇ ਦੁਬਾਰਾ ਖਿੱਚੀ ਆਵਾਜ਼ਾਂ ਕਰੀ ਜਾਂਦਾ ਉਹ ਖਿੱਚ ਭਰਾਵਾ ਪਤਾ ਮੈਨੂੰ ਸਾਰਾ ਪਲਾਨ ਦੀ ਪਲੈਨਿੰਗ ਨਾ ਕਰੋ ਪੀ ਦੋ ਪੀ ਜਲਦੀ ਪੀ ਹਲੀ ਅੱਧਾ ਵੀ ਨਹੀਂ ਕੀਤਾ ਦੇਖ ਉਹ ਗਲਾਸ ਜਲਦੀ ਪੀ ਆਂਟੀ ਦੇਖ ਰਹੀ ਤੇਰੇ ਯਾਰ ਮੈਂ ਕੋ ਜਾਣਾ ਥੋੜਾ ਜਿਹਾ ਹੋਰ ਪੀ ਯਾਰ ਇੱਕ ਘੁੱਟ ਹੋਰ ਆਹ ਕੀ ਸੀ ਪਹਿਲਾਂ ਪੀ ਪਹਿਲਾਂ ਫਿਨਿਸ਼ ਕਰ ਪਹਿਲਾਂ ਮੂੰਹ ਲਾ ਹੁਣ ਪੀ ਹੁਣ ਇੱਕ ਜਲਦੀ ਕਰ ਯਾਰ ਥੋੜਾ ਜਿਹਾ ਰਹਿ ਗਿਆ ਵਾ ਕੋਈ ਗੱਲ ਨਹੀਂ ਮੈਂ ਪੀਣਾ ਨਹੀਂ ਛੱਡ ਦੇਣਾ ਮੈਂ ਸਾਰਾ ਪੀ ਲਓ ਫਿਰ ਜਲਦੀ ਪੀ ਮੂੰਹ ਭਰ ਪੂਰਾ 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 ਮੂੰਹ ਭਰ ਪਰ ਇੱਦਾਂ ਮੂੰਹ ਫਲਾਣਾ ਮੂੰਹ ਭਰ ਗਿਆ ਜਲਦੀ ਪੀ ਜਿਹੜੇ ਵੀ ਪਰਿਵਾਰ ਤੇ ਭੈਣਾਂ ਦੇਖਦੀਆਂ ਨੇ ਬਾਹਰੋਂ ਹਨਾ ਬਾਹਰੇ ਵੱਡੇ ਭਰਾ ਦੇ ਫੈਮਿਲੀਆਂ ਦੇਖਦੇ ਨੇ ਤੇ ਬੇਨਤੀ ਆ ਆਹ ਕੁਛ ਨਾ ਸਿਖਾਇਓ ਆਪਦੇ ਜਵਾਕਾਂ ਨੂੰ ਠੀਕ ਆ ਆਹ ਕੰਜਰ ਘਾਟ ਤੇ ਆਹ ਗੰਦ ਪਾਉਣਾ ਆਹ ਦੇਖ ਸਕਦੇ ਹੋ ਕਿ ਇੱਕ ਕੁੜੀ ਪਹਿਲਾਂ ਤੁਸੀਂ ਉਹ ਚੀਜ਼ ਇਮੈਜਿਨ ਕਰੋ ਕਿ
ਕੋਈ ਕੁੜੀ ਘਰੋਂ ਕੰਮ ਤੇ ਜਾ ਰਹੀ ਆ, ਬਿਲਕੁਲ, ਕੰਮ ਵੀ ਕਿਹੜਾ, ਬੈਕਰੀ ਤੇ, ਬੈਕਰੀ ਤੇ ਕੰਮ ਕਿਵੇਂ ਕਿਵੇਂ ਲੱਗਿਆ ਹੋਊ ਜਾਂ ਕਿਵੇਂ ਲਵਾਇਆ ਹੋਊਗਾ, ਹਾਲਾਤ ਖਰਾਬ ਹੁੰਦੇ, ਹਾਲਾਤ ਬਹੁਤ ਜ਼ਿਆਦਾ ਖਰਾਬ ਹੁੰਦੇ ਆ ਉਦੋਂ ਲੱਗਦਾ, ਨਹੀਂ ਤਾਂ ਵੱਡਾ ਮਾੜਾ ਕੰਮ ਨਹੀਂ ਹੁੰਦਾ, ਗੱਲ ਕਰਦੇ ਆ ਬੰਦਾ ਖਰਾਬ ਹੋਵੇ ਫਿਰ ਬੰਦਾ ਕੇ ਬੰਦਾ ਆਪਣੇ ਸਰਟੀਫਿਕੇਟ ਲੈ ਕੇ ਆਉਂਦਾ ਜਾਂ ਕੁਛ ਉਸ ਹਿਸਾਬ ਦੀਆਂ ਜੋਬਾਂ ਕਰਦਾ, ਠੀਕ ਆ, ਜਦੋਂ ਹਾਲਾਤ ਚੰਗੇ ਹੁੰਦੇ ਆ, ਠੀਕ ਆ, ਜਦੋਂ ਹਾਲਾਤ ਮਾੜੇ ਹੁੰਦੇ, ਅਸੀਂ ਖੁਦ ਨੇ ਕੰਮ ਕੀਤੇ ਆ, ਹੱਥੀ ਕੰਮ ਕੀਤੇ ਆ, ਠੀਕ ਆ, ਦੱਸਣ ਤੇ ਆ ਜਾਈਏ ਤਾਂ ਲੋਕਾਂ ਨੇ ਵਿਸ਼ਵਾਸ ਨਹੀਂ ਕਰਨਾ, ਤੂੰ ਇਹ ਕੰਮ ਨਹੀਂ, ਉਹ ਨਹੀਂ, ਬਾਹਰ ਲਾਉਂਦੇ ਹਾਂ, ਬਾਹਰ ਕਰੋ, ਅਸੀਂ ਬਾਹਰ ਕੰਮ ਕੀਤਾ ਵਾ, ਅਸੀਂ ਬਾਹਰ ਵੀ ਕੰਮ ਕੀਤਾ ਵਾ, ਇੰਡੀਆ ਤੋਂ ਬਾਹਰ ਵੀ ਕੰਮ ਕੀਤਾ ਵਾ, ਅਸੀਂ ਇੰਡੀਆ ਦੇ ਵਿੱਚ ਅਸੀਂ ਘਰੋਂ ਬਾਹਰ ਵੀ ਕੰਮ ਕੀਤਾ ਵਾ, ਠੀਕ ਆ, ਗੱਲਾਂ ਇਹ ਨੇ ਕਿ ਹੁਣ ਵੀ ਕਰਦੇ ਆ, ਇਹ ਨੀ ਕਹਿ ਕੇ ਹੁਣ ਵੀ ਨੀ ਕਰਦੇ, ਹੁਣ ਵੀ ਕਰਦੇ ਆ, ਸਹੀ ਆ, ਬਾਹਰ ਹੀ ਕੀਤਾ, ਘਰੇ ਸਾਰਾ ਕੰਮ ਸਾਨੂੰ ਕਰਨ ਹੀ ਨਹੀਂ ਦਿੱਤਾ, ਅਸੀਂ ਬਾਹਰ ਹੀ ਕੀਤਾ ਜੋ ਕੰਮ ਕੀਤਾ, ਤੁਸੀਂ ਆਹ ਚੀਜ਼ ਨਾ ਸਿਖਾਇਓ, ਹੱਥ ਬੰਨ ਕੇ ਬੇਨਤੀ ਆ ਪਲੀਜ਼, ਜਿਹੜੀ ਮੇਨ ਇੰਪੋਰਟੈਂਟ ਮੈਸੇਜ ਹੈ ਨਾ, ਚਾਹੇ ਮੁੰਡਾ ਵਾ ਵੀਰੇ, ਚਾਹੇ ਕੁੜੀ ਆ, ਦੋਨਾਂ ਨੂੰ ਕਹਿ ਰਿਹਾ ਮੈਂ, ਕੁੜੀ ਨੂੰ ਇਕੱਲੀ ਨੀ ਕਹਿ ਰਿਹਾ, ਚਾਹੇ ਮੁੰਡਾ ਵਾ, ਆਹ ਚੀਜ਼ ਨਾ ਸਿਖਾਇਓ, ਪਹਿਲਾਂ ਆਪਣੇ ਪੈਰਾਂ ਦੇ ਸਟੈਂਡ ਹੋਣਾ ਸਿਖਾ ਦਿਓ, ਅੱਜ ਆਹਦਾ ਹੁਣ ਦੰਦੀਆਂ ਕੱਢ ਕੇ ਗਲਾਸ ਪੀ ਹਾਲਾਤ ਨੇ, ਹੁਣ ਹਾਲਾਤ ਦੇਖਦੇ ਪਏ ਇਹਨਾਂ ਦੇ ਕੀ ਨੇ, ਕੰਪੈਰੀਜ਼ਨ ਕਰ ਲਓ ਕਿ ਸਟੈਂਡ ਆਪਾਂ ਪੈਰਾਂ ਦੇ ਹੈ ਨਹੀਂ, ਹਰ ਚੀਜ਼ ਕਿਸ਼ਤਾਂ ਦੇ ਉੱਤੇ, ਦਿਮਾਗ ਦੇ ਉੱਤੇ ਲੋਡ ਹੀ ਪਿਆ ਰਹਿਣਾ, ਕਿਹੜੀ ਬੁਰਕੀ ਅੰਦਰ ਹਿਸਾਬ ਨਾਲ ਜਾਣੀ ਆ, ਬੰਦੇ ਨੂੰ ਸਮਝ ਨਹੀਂ ਲੱਗਦਾ, ਦਿਮਾਗ ਦੇ ਟੈਨਸ਼ਨ ਇਹੀ ਆ, ਸਾਲੀ ਕਿਸ਼ਤ ਦੇਣੀ ਆ, ਅੱਜ ਗੱਡੀ ਦੀ ਦੇ ਦੀ, ਕੱਲ ਮੋਟਰਸਾਈਕਲ ਦੀ ਖੜੀ ਆ, ਜਵਾਕ ਨੂੰ ਪੜਾਉਣਾ ਅੱਗੇ, ਜਵਾਕ ਦੀ ਲਾਈਫ ਸਿਕਿਓਰ ਕਰਨੀ, ਉਹਦੇ ਲਈ ਸੇਵਿੰਗ ਕਰਨੀ ਬੰਦਾ ਸ਼ੁਰੂ ਕਦੋਂ ਕਰਦਾ, ਕਿ ਜਦੋਂ ਜਵਾਕ ਹੋਣਾ ਹੁੰਦਾ, ਪਤਾ ਕਿੱਥੇ ਫਸੂਗਾ ਤੈਨੂੰ ਦੱਸਦਾ, ਅੱਜ ਕਿਸ਼ਤਾਂ ਦੇ ਲੈਣੀਆਂ ਚੀਜ਼ਾਂ ਔਖੀਆਂ ਨੀ, ਉਹਨਾਂ ਨੇ ਕੀ ਬੈਂਕ ਵਾਲੇ ਦੇਣੀ, ਹੁਣ ਤਾਂ ਦੇ ਦੇਣੀ, ਨਹੀਂ ਵੀ ਪੈਸੇ ਉਹਨਾਂ ਨੇ ਕਿਹਾ ਕੋਈ ਨੀ ਭਾਜੀ, ਤੁਹਾਡੀ ਕਿਸ਼ਤ ਲੌਂਗ ਟਰਮ ਬਣਾ ਦਿੰਦੇ ਆ, ਜੀਰੋ ਤੇ ਲੈ ਜਾਓ, ਇਹ ਔਖਾ ਨੇ ਦੇ ਦੇਣਾ, ਅੱਜ ਜਵਾਕ ਚੱਲ ਲੇਟ ਹੋ ਰਿਹਾ, ਇਹ ਕੱਲ ਨੂੰ ਇਹਨੇ ਇਹ ਚੀਜ਼ ਤੇ ਆ ਜਾਣਾ ਕਿ ਯਾਰ ਆਹ ਚੀਜ਼ਾਂ ਦੇ ਖਰਚੇ ਕੱਢਣੇ ਆ, ਜੇ ਜਵਾਕ ਅਜੇ ਸਕੂਲ ਪਾਤਾ, ਕੋਈ ਨੀ ਅਗਲੇ ਸਾਲ ਪਾ ਦਾਂਗੇ, ਜਵਾਕ ਆ ਸਕੂਲੋਂ ਲੇਟ ਹੋ ਜਾਣਾ, ਠੀਕ ਆ, ਜਾਂ ਸਕੂਲ ਥੋੜੇ ਉੱਦਾਂ ਦੇ ਪਾਊਗਾ ਹਲਕੇ, ਹੈ ਨਾ, ਕਿ ਯਾਰ ਹਜੇ ਲਾਉਣਾ ਨੀ, ਬਾਹਰ ਜਾਣਾ ਜਾਂ ਕੁਛ ਵੀ ਬਹਾਨਾ ਲਾ ਕੇ, ਠੀਕ ਆ, ਕਿਉਂਕਿ ਆਹ ਖਰਚੇ ਵੀ ਕੱਢਣੇ ਆ, ਇਸ ਲਈ ਓਨਾ ਕੁ ਕਰੋ, ਕੱਲ ਨੂੰ ਜਿਹੜਾ ਮੇਨ ਜਵਾਕ ਤੇ ਫੋਕਸ ਕਰ ਦੋ, ਜਾਂ ਤਾਂ ਇਹ ਚੀਜ਼ਾਂ ਵੇਚਣੀਆਂ ਸ਼ੁਰੂ ਕਰ ਦੂਗਾ, ਗੱਡੀ ਵੇਚਦੀ, ਮੋਟਰਸਾਈਕਲ ਵੇਚਦਾ, ਹਜੇ ਕਹਿੰਦਾ ਮੈਂ ਮੋਟਰਸਾਈਕਲ ਵੇਚ ਕੇ ਆਹ 1000 ਸੀਸੀ ਨਿੰਜਾ ਲੈਣਾ, ਉਹਦੇ ਵੱਲ ਕਦਮ ਵਧਾਉਣੇ ਆ, ਕਹਿੰਦਾ ਮੈਂ ਜੀ ਸੱਦ ਕੇ ਸਾਡੇ ਵੱਲੋਂ ਤਾਂ ਚਾਰ ਲਿਆ, ਪਰ ਗੱਲ ਇਹ ਆ ਜਿਹੜੀਆਂ ਚੀਜ਼ਾਂ ਗਾਂਹ ਜਾ ਕੇ ਸਿਰ ਪੈਣੀਆਂ ਨੇ, ਉਹ ਕਿਵੇਂ ਹੈਂਡਲ ਕਰਨੀਆਂ, ਲੋਕਾਂ ਨੂੰ ਉਹ ਚੀਜ਼ ਦਿਖਾ, ਤਕੜੀ ਯਾਦਗਾਰ ਹਵੇਲੀ ਆ ਇਹਦਾ, ਇਸ ਦੱਸ ਸਕਦੇ ਆ, ਸਹੀ ਆ, ਪਾਇਓ ਕਮੈਂਟਾਂ ਚ ਚਾਨਣਾ ਬਾਈ ਜੀ, ਚ
ਭੈਣ ਰੇ ਮਾਡਰਨ ਹੀ ਰਾਂਝਾ ਤੇ ਚੂਰ ਚੂਰ ਚੂਰੀ ਅਖਬਾਰ ਹੀ ਸਿਰ ਢੱਕ ਕੇ ਆਹ ਲੱਛਣ ਆਹ ਲੱਛਣ ਦੇਖ ਲਾ ਕੁਛ ਤੂੰ ਆਹ ਲੱਛਣ ਦੇਖ ਲਾ ਸਿਰ ਢੱਕ ਕੇ ਮੂੰਹ ਚ ਬੁਰਕੀਆਂ ਪਾਉਂਦੀ ਪਈ ਤੇ ਅੱਜ ਇਹਨਾਂ ਚ ਗੱਲ ਕੀ ਹੁੰਦੀ ਆ ਤੂੰ 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 ਟਿਕ ਕੇ ਬਹਿੰਦਾ ਕਿ ਨਹੀਂ ਬਹਿੰਦਾ ਤੈਨੂੰ ਦੱਸਾਂ ਮੈਂ ਤੂੰ ਚੁੱਪ ਨਹੀਂ ਕਰਦੀ ਮਾਰਾ ਚਪੇ ਉਹ ਮਾਰਾ ਚਪੇੜ ਕੀ ਮਾਰ ਹੀ ਦਿੰਦਾ ਚਪੇੜ ਬਾਬੇ ਜਦ ਤੂੰ ਦੁਨੀਆ ਵਧੀਆ ਦੇਖ ਲਈ ਪੂਰੀ ਨਜ਼ਾਰੇਦਾਰ ਜਾਸੀ ਕੁਛ ਨਹੀਂ ਦੇਖਿਆ ਸਾਫ ਸਿਰ ਢੱਕ ਕੇ ਬੁਰਕੀਆਂ ਖਵਾਰੀ ਉਹ ਸਨੈਪਚੈਟ ਹੁਣ ਕਿੱਥੇ ਗਿਆ ਪਿਆਰ ਤੁਹਾਡਾ ਹੁਣ ਨੀ ਬੁਰਕੀਆਂ ਮੂੰਹ ਚ ਪੈਂਦੀਆਂ ਇਹਨੂੰ ਦੇਖੀਏ ਬਹੁਤ ਲੰਬਾ ਜੇ ਬਹੁਤ ਲੰਬਾ ਯਾਰ ਬਹੁਤ ਲੰਬਾ ਤੂੰ ਵੀਡੀਓ ਨਹੀਂ ਛੱਡੀ ਇਹ ਰੋਟੀ ਉਹ ਆ ਜਿਹੜੀ ਕੰਮ ਤੇ ਲੈ ਕੇ ਹੁੰਦੀ ਸੀ ਕੰਮ ਤੇ ਖਾਣੀ ਸੀ ਬਟ ਕੰਮ ਤੋਂ ਵਸਣਾ ਕਿੱਥੇ ਲਈ ਫਿਰਦਾ ਕੈਮਰੇ ਵੱਲ ਦੇਖੀਆਂ ਤਾਂ ਉਹਦੇ ਵੱਲ ਦੇਖੀਆਂ ਤਾਂ ਬੁਰਕੀ ਫੋਨ ਦੀ ਲੋੜ ਸੀ ਕੁਸ਼ਚਨ ਸੀ ਲੋੜ ਇਹ ਚੀਜ਼ ਦੀ ਨਹੀਂ ਸੀ ਉਈ ਠੀਕ ਆ ਚੰਗੀ ਗੱਲ ਆ ਹਰ ਕੋਈ ਕਰਦਾ ਜਿਵੇਂ ਜਿਵੇਂ ਜੀਤ ਹੁੰਦੀ ਇਹਨੂੰ ਵੀ ਮੰਨਦੇ ਨੇ ਹਰ ਕੋਈ ਵਧੀਆ ਤਰੀਕੇ ਨਾਲ ਠੀਕ ਆ ਹਰ ਕੋਈ ਚੇਤੇ ਕਰਦਾ ਆਪੋ ਆਪਣੇ ਹਿਸਾਬ ਨਾਲ ਪਰ ਇਹ ਚੀਜ਼ਾਂ ਰਿਕਾਰਡ ਕਰਨ ਵਾਲੀਆਂ ਥੋੜ੍ਹੇ ਕਿਸੇ ਨੂੰ ਦਿਖਾਉਣਾ ਥੋੜ੍ਹਾ ਕਿ ਯਾਰ ਮੈਂ ਰੱਬ ਨੂੰ ਯਾਦ ਕਰਦਾ ਤੂੰ ਨਹੀਂ ਕਰਦਾ ਹੁਣ ਆਹ ਦੇਖ ਸਾਡੇ ਕੋਲ ਪ੍ਰੂਫ ਆ ਚੱਲ ਜਾਣ ਦੇ ਇਹ ਕੇਲਾ ਸ਼ੇਕ ਪਿਆ ਅੱਜ ਦਹੀਂ ਭੱਲੇ ਖਵਾਏ ਆ ਆ ਕੋਲੇ ਬੈਠੀ ਰੋਟੀਆਂ ਖਵਾ ਰਹੀ ਆ ਮੈਨੂੰ ਕੋਕ ਦੀ ਬੋਤਲ ਪਈ ਆ ਸਾਡੇ ਕੋਲੇ ਪਿੱਛੇ ਬੀਅਰ ਦੀਆਂ ਬੋਤਲਾਂ ਪਈਆਂ ਕਿੱਧਰ ਆਪਾਂ ਮੋਮੋਜ਼ ਖਾਣ ਆਇਆ ਬਾਬਾ ਬਾਰ ਬਾਰ ਵੀਡੀਓ ਬਣਾਈ ਜਾਂਦਾ ਉਹਨੇ ਇਹਦੇ ਪਲੇਟ ਮਾਰ ਦੇਣੀ ਮਾਰ ਦੇਵੇ ਫਿਰ ਇਹ
ਕਰਦਾ ਕੀ ਸਾਂਟ ਜਾ ਦੇਖੀ ਓਏ ਬੁੱਧੀ ਚੜਾਈ ਆ ਬੇਇੱਜ਼ਤੀ ਕਰੇਗਾ ਮੇਰੀ ਜਾਨੇ ਓਏ ਬੁੱਧੀ ਛੜਿਆ ਜਿਆ ਅੱਛਾ ਇਹ ਵੀ ਪਹਿਲਾਂ ਤੋਂ ਪੈਦਲ ਆ ਦਿਮਾਗ ਤੋਂ ਮੰਨ ਲਿਆ ਉਹ ਤਾਂ ਬਸ ਫੇਕ ਹੀ ਸੀ ਡਰਾਮਾ ਸਿਰ ਢੱਕ ਕੇ ਰੋਟੀਆਂ ਖਵਾਉਣ ਵਾਲਾ ਉਹ ਬੂਥੀ ਚੜਿਆ ਜਮਾਨਾ ਕੀ ਪਤਾ ਨੀ ਕੀ ਬੋਲਿਆ ਸਮਝ ਨੀ ਆਈ ਮੈਂ ਬੂਥੀ ਚੜਿਆ ਜਾਨੇ ਤੈਨੂੰ ਮੈਂ ਗੋਲ ਉਹ ਦਹੀਂ ਪੱਲੇ ਖਵਾਏ ਸੀ ਤੇ ਸ਼ੇਕ ਪੇ ਆਇਆ ਸੀ ਯਾਦ ਆ ਕੇ ਨਹੀਂ ਜਾਨੇ ਮੇਰੀ ਬੜੀ ਇੱਜ਼ਤ ਕਰ ਰਹੇ ਹੋ ਤੂੰ ਹੈਗਾ ਗੋਗੜ ਦੇਖੀ ਕੱਢੀ ਆ ਕੋਈ ਕਹਿ ਦੇ ਮੇਰੀ ਗੋਗੜ ਹੈਗੀ ਆ ਸਿੱਧਾ ਜਾਣਦੇ ਹੌਲੀ ਗੱਡੀ ਜਾਂਦੇ 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 ਖੋਲੀ ਬੈਠਾ ਬਾਲ ਡਿੱਗੇ ਨੂੰ ਸਪੀਡ ਬੜੀ ਸੀ ਕੀ ਲੋੜ ਸੀ ਯਾਰ ਇਹਦੀ ਤੂੰ ਨਾ ਤੂੰ ਜਾਣ ਕੇ ਹਿੰਟ ਦੇ ਦਿੰਦਾ ਲੋਕਾਂ ਨੂੰ ਕਿ ਜਿਹੜੇ ਨਹੀਂ ਸਮਝਦੇ ਪਏ ਉਹ ਸਮਝ ਜਾਣ ਬੜਾ ਕਿੱਡਾ ਬੇਸ਼ਰਮ ਆ ਯਾਰ ਬੰਦਾ ਸਨੈਪਚੈਟ ਪੈ ਰਹਾ ਉਹ ਤਾਂ ਬੰਨ ਕੇ ਖਿੱਚ ਲਾ ਭਰਾਵਾ ਉਹ ਰਾਤ ਹੋਈ ਪਈ ਆ ਬੰਦਾ ਬੁੱਲੋ ਚੱਲਦੇ ਪਿਆ ਪੈਰ ਚ ਵਾਲ ਖੋਲ ਕੇ ਪਿਆ ਸਾਲਿਆ ਭੂਤ ਭਾਤੀ ਆ ਜਾਂਦੀ ਹੁੰਦੀ ਆ ਵਾਲੀ ਗੋਲੀ ਦੇ ਹੁੰਦੇ ਰਾਤ ਨੂੰ ਉਹ ਰਾਤ ਕਾਹਨੂੰ ਦਿਨ ਹੀ ਆ ਕਮਰੇ ਚ ਹਨੇਰਾ ਸੀ ਦਿਨੇ ਵੀ ਨਾ ਖੋਲੇ ਜੇ ਇਹਦੇ ਅਰਗੇ ਤਾਂ ਆਈ ਸਕਦਾ ਅੱਛਾ ਰੀਲ ਬਣਾਉਣ ਕਰਤਰੇ ਨੇ ਉਹ ਖੋਲੇ ਹੋਣੇ ਭਰਾਵਾ ਹਜੇ ਸਬਰ ਨੀ ਆਇਆ ਸੀ ਹਜੇ ਵਾਲ ਹੁਣੇ ਬੰਨੇ ਨੇ ਸੋਰੀ ਡੀ ਆ ਦੇਖ ਲੈ
ਪੂਣੀ ਕਰਾਉਂਦਾ ਪਿਆ ਭਾਤੋਂ ਖੜ ਕੇ ਕੋਲੋਂ ਲੈ ਕਹਿੰਦਾ ਫਿਰ ਕਹਿੰਦਾ ਮੇਰਾ ਜੀ ਜਲੂਸ ਕੱਢ ਦਿਓ ਮੈਨੂੰ ਗਾਲਾਂ ਕੱਢ ਦਿਓ ਮੈਂ ਕੁਛ ਨਹੀਂ ਗਲਤ ਕਰਦਾ ਗਲਤ ਨਹੀਂ ਹੈਗਾ ਜਿਹੜਾ ਗੰਦ ਪਾਉਂਦੇ ਫਿਰਦੇ ਹਾਂ ਇਹ ਤਾਂ ਨੇ ਜਿਹੜੀ ਮੈਮਰੀ ਸਾਂਭ ਕੇ ਰੱਖਣੀ ਚਾਹੀਦੀ ਉਹ ਤੋਂ ਸ਼ੇਅਰ ਇਹ ਪ੍ਰਾਈਵੇਟ ਚੀਜ਼ਾਂ ਹੁੰਦੀਆਂ ਨੇ ਇਹ ਆ ਤੂੰ ਬਾਲ ਖੁੱਲ੍ਹ ਵਾਲੀ ਵੀਡੀਓ ਨਾ ਪਾਉਂਦਾ ਨਾ ਨੋਰਮਲ ਪੱਗ ਚ ਪਾਈ ਹੁੰਦੀ ਕੋਈ ਹਿੰਟ ਨਹੀਂ ਸੀ ਵੀਡੀਓ ਦਾ ਕੁਛ ਨਹੀਂ ਸੀ ਉਹ ਸੱਚੀਆਂ ਨੇ ਯਾਰ ਗੱਲਾਂ ਇਹ ਹਿੰਟ ਦਿੰਦਾ ਕਿ ਲੋਕ ਸਮਝਣ ਕੀ ਕੀਤਾ ਸੀ ਤੇ ਫਿਰ ਬਾਅਦ ਚ ਸਫਾਈਆਂ ਕਿਉਂ ਦੇਣ ਆ ਜਾਂਦਾ ਵਾ ਚੂੜਾ ਲੈ ਗਿਆ ਚੂੜਾ ਵਾ ਫੀਲਿੰਗ ਪ੍ਰਭਾਵ ਪਾ ਰਿਹਾ ਪ੍ਰਭਾਵ ਪੈ ਰਿਹਾ ਪੂਰਾ ਦੱਬ ਕੇ ਮੇਰੀ ਨੰਨੀ ਪੁੱਤ UMM ਮੇਰੀ ਨੰਨੀ ਪੁੱਤ ਕਿਹਦੇ ਘਰੇ ਬੈਠਾ ਆਪਣਾ ਕਿਹੜਾ ਕਿੱਦਾਂ ਆਪਣਾ ਮੈਂ ਕੌਣ ਤੂੰ ਮੇਰਾ ਗੁਰਲਾਲ ਬਸ ਗੁਰਲਾਲ ਹੀ ਆ ਤੇਰਾ ਲਾਲੋ ਲਾਲ ਹੀ ਆ ਲਾਲੋ ਲਾਲ ਹੀ ਆ ਯਾਰ ਇਹਨੇ
ਕੀੜਾ ਦੇਣੀ ਭੈਣ ਚੋ ਹਾਏ ਹਾਏ ਚੌੜ ਚੌੜ ਆ ਚੌੜ ਚੌੜ ਸਾਲੀ ਨਕਲੀ ਚੌੜ ਦਸ ਰੁਪਈਏ ਜੇਬ ਚ ਨੀ ਭੈਣ ਚੋ ਗੱਲਾਂ ਕਰਨੀਆਂ ਏਡੀਆਂ ਏਡੀਆਂ ਆ ਦੇਖ ਉਹਨੇ ਮਿੱਟੀ ਡਾ ਦੇਣੀ ਭੈਣ ਚੋਦ ਥੋੜੀ ਫੀਲਿੰਗ ਵੀ ਦਿਖਾਉਣੀ ਹੁੰਦੀ ਆ ਫਿਰ ਕਿ ਸਰਦਾਰ ਜੀ ਭੈਣ ਚੋ ਉਹ ਵੀ ਨੇ ਫੀਲਿੰਗ ਬਦਮਾਸ਼ ਖੜੂਸ ਮੁੱਛਾਂ ਵਾਲੇ ਵੀ ਤਾਂ ਰੋਮਾਂਟਿਕ ਹੋ ਸਕਦੇ ਗੱਲ ਵੱਖ ਹੈ ਬਹੁਤਾ ਜਾਨੂ ਜਾਨੂ ਕਰਦੇ ਨੀ ਇਹ ਤਾਂ ਬਰਫ ਬਣੀ ਫਿਰਦੀ ਸੀ ਬਰਫ ਵਾਲਾ ਸੂਆ ਤੇ ਉਹ ਵਿੱਚੋਂ ਨਿਕਲ ਨੂੰ ਫਿਰਦਾ ਸੀ ਚੰਗੀ ਤਰ੍ਹਾਂ ਕਹਿ ਛੁੱਲੇ ਆ ਕੀ ਲਾ ਲਾ ਖਾਈ ਇਹਨਾਂ ਛੁੱਲੇ ਤੈਨੂੰ ਦੇਣੀ ਵਧੀਆ ਲਾਗੀ ਟਲਦਾ ਨੀ ਨਾ ਫਿਰ ਤੂੰ ਖਰਾਬ ਕੀਤਾ ਪਿਆ ਉਹ ਕਿਹਨੇ ਖਾਣਾ ਸਲਾਦ ਸਾੜੀ ਇੰਨੀ ਟੇਕ ਕੇ ਹੁਣ ਦੇਖੀ ਨੀ ਕਦੇ ਕਰਦਾ ਕਿ ਨਪਾਲੂ ਆ ਨਾ ਕੇ ਆ ਜਾ ਕਰ ਨਾ ਬੁਰਸ਼ ਕਰਦਾ ਨਾ ਏਦਾਂ ਹੀ ਮੂੰਹ ਚੱਕ ਆ ਜਾਂਦਾ ਕਿਉਂ ਨਾ ਬੈਠਾ ਮੈਂ ਨੀਚੇ ਬਹਿਣ ਮੈਂ ਨੀਚੇ ਬਹਿਣ ਵਾਊਗੀ ਨਹੀਂ ਤੁਸੀਂ ਸਰਦਾਰ ਜੀ ਉੱਤੇ ਆਓ ਨਾ ਫਿਰ ਉਹ ਮਾੜਾ ਫੜੂਗੀ ਫਿਰ ਫਿਰ ਉਹ ਬਸ ਉਹਦੇ ਬਹਾਨੇ ਆ ਹੋਰ ਕੀ ਕਰਨਾ ਢੋ ਲੰਮੇ ਪੈਣਾ ਥੱਲੇ ਮੈਂ ਗੱਲ ਸੁਣ ਲਈ ਹੋਰ ਕੀ ਬਸ ਔਰ ਲੰਮੇ ਪੈ ਜਾਣਾ ਕਿੱਡਾ ਬੇ ਸ਼ਰਮ ਬੰਦਾ ਹਾਏ ਹਾਏ ਲੰਮੇ ਪੈ ਜਾਣਾ ਕਹਿੰਦਾ ਫਿਰ ਕਹਿੰਦੀ ਪੈ ਹਾਏ ਹੋਏ ਬਾਵੇ ਵਾਲੀ ਅੱਗਾ ਬਾਬਾ ਰਾਮਦੇਵ ਬਾਬਾ ਰਾਮਦੇਵ ਇੱਦਾਂ ਤਾਂ ਕਰੀ ਇੱਦਾਂ ਤਾਂ ਦਾੜੀ ਹਿਲਦੀ ਆ ਤੇਰੀ ਦੇਖ ਮਿਰਚ ਲੱਗ ਗਈ ਪਾਣੀ ਪੀ ਪਾਣੀ ਪੀ ਤੋਂ ਬਾਅਦ ਮੇਰੀ ਗੱਲ ਥੋੜੀ ਮੰਨਣੀ ਆ ਤੂੰ ਦਿਮਾਗ ਤੋਂ ਸਾਰੀ ਪੈਦਲ ਤੁਰੇ ਫਿਰਦੇ ਆ ਅਚਾਰ ਖਾ ਲਿਆ ਮੇਰੇ ਚੱਲ ਗਈ ਅਚਾਰ ਖਾ ਲਿਆ ਉਹੀ ਦੇ ਤਾਂ ਉਹਨੇ ਅਚਾਰ ਖਾ ਲਿਆ ਅਚਾਰ ਖਾ ਲਿਆ ਮੈਂ ਚੱਲ ਗਈ ਉਹ ਜਾਨੇ ਮੰਨੀ ਜਾਨੇ ਹੋ ਗਿਆ
ਜੱਤੇ ਬਹਿਣ ਦੇ ਭਣ ਚੋਂ ਪੂਰੇ ਗਾਣੇ ਲੱਗਦੇ ਦਾ ਰੀਲ ਆ ਉਹ ਸਨੈਪ ਬਣਾ ਲੈਂਦਾ ਜੀ ਉਹ ਉਹਨੇ ਤਾਂ ਉਹ ਚੀਜ਼ਾਂ ਚਾਹੁੰਦੇ ਸੀ ਜੇ ਘਰ ਵਾਲਾ ਉਹ ਚੀਜ਼ਾਂ ਕਰੂਗਾ ਇਹ ਸ਼ਰਵਾਤੀ ਕੀ ਲੈ ਕੇ ਇਹਦੇ ਜੀ ਆ ਕੈਮਰਾ ਜਿੱਥੇ ਮਰਜ਼ੀ ਹੋ ਕੇ ਬਹਿਣ ਵਾਲਾ ਫਿਰ ਕੋਠੀ ਆ ਗਈ ਪੀਜ਼ਾ ਲੈ ਕੇ ਜਨ ਜੇ ਐਨ ਐਮ ਆਰ ਆਈ ਜਨ ਮਰੀ ਫੇਰ ਪਾ ਦੀਆਂ ਫਿਰ ਦੁਬਾਰਾ ਲਾਤੀ ਕੋਈ ਨਹੀਂ ਮੈਂ ਮਰੀਜ਼ ਸੀ ਉਹ ਤੋਂ ਬਾਅਦ ਫੜੇ ਗਏ ਸੀ ਫਸਟ ਟਾਈਮ ਚੂੜੀਆਂ ਚੂੜੀਆਂ ਚੂਲ ਲੰਬਾ ਲੈ ਗਿਆ ਸੀਗਾ ਉਹ ਛੁੱਟੀ ਟਾਈਮ ਲੱਗਿਆ ਉਹ ਵੀ ਤੈਨੂੰ ਕਹਿ ਰਿਹਾ ਛੁੱਟੀ ਟਾਈਮ ਵੀ ਆ ਕੀ ਦੇਖ ਮੈਸੇਜ ਭੈਣ ਚ ਕਿੰਨਾ ਗੰਦਾ ਮੈਸੇਜ ਦੇਖਣੀ ਕੁੜੀ ਹੁੰਦੀ ਸੀ ਉੱਥੇ ਇਹ ਟਾਈਮ ਤਾਂ ਸਾਨੂੰ ਕੁੜੀ ਕਹਿੰਦੀ ਸੀ ਕਿ ਅੱਜ ਥੋੜਾ ਟਾਈਮ ਵੱਧ ਲੱਗਣਾ ਝੂਠ ਬੋਲੇ ਮਾਂ ਪਿਓ ਛੱਡ ਨਹੀਂ ਦੇਖੀ ਹੁਣ ਸਮਝ ਲਾ ਇਹੀ ਲਾ ਲਾ ਨਹੀਂ ਦੇਖੀ ਭਰਾ ਬੰਦਾ ਕਹਿੰਦਾ ਆ ਕੀ ਹੋ ਗਿਆ ਪੈਰਾਂ ਗੁੱਡ ਐਂਡ ਠੀਕ ਆ ਉਹ ਚੀਜ਼ ਪੂਰੀ ਹੋ ਗਈ ਕਿ ਵਿਆਹ ਹੋ ਗਏ ਨਹੀਂ ਤਾਂ ਆਹ ਚੀਜ਼ ਮੈਨੂੰ ਲੱਗਦਾ ਜਿਹੜਾ ਵਿਆਹ ਵੀ ਹੋਇਆ ਨਾ ਸਿਰਫ ਇਹਦੇ ਪਿਓ ਦੇ ਮੂੰਹ ਨੂੰ ਹੋਇਆ ਬਾਬੇ ਦੇ 100% ਹੋਰ ਨੀ ਜੇ ਉਹ ਬੰਦਾ ਨਾ ਜਾਂਦਾ ਤਾਂ ਇਹਦਾ ਵਿਆਹ ਨੀ ਹੁੰਦਾ ਲਿਖ ਕੇ ਲੈ ਲੋ ਗਰੰਟੀ ਆ ਸਹੀ ਗੱਲ ਆ I love you kya I love you Dubi Bobbi ab fir peen lagi mag dikhai mag upar kari chhadya nahi aakar mag hello odda mohni jidda glass leya chhadde chhadde leya hello ਫਸਟ ਟਾਈਮ
ਮੁੰਡਾ ਨਾਲ ਹਰਸ਼ ਇਹਦਾ ਆੜੀ ਹੁੰਦਾ ਸੀ ਮੁੰਡਾ ਹਰਸ਼ ਉਹ ਮੁੰਡਾ ਯਾਰ ਉਹ ਓਮੀਗਲ ਤੇ ਲਾਈਵ ਜੇ ਪਾਉਂਦਾ ਨਹੀਂ ਨਹੀਂ ਇੱਥੇ ਵਾਲਾ ਮੁੰਡਾ ਵਧੀਆ ਸਬਸਕ੍ਰਾਈਬਰ ਆ ਬਹੁਤ ਸੋਹਣੇ ਗੇਮਿੰਗ ਵਾਲੀ ਹਾਂ ਇਹਦੇ ਨਾਲ ਦਾ ਇਹਦਾ ਆੜੀ ਸੀਗਾ ਇਕੱਠਿਆਂ ਨੇ ਯੂਟਿਊਬ ਚੈਨਲ ਸ਼ੁਰੂ ਕੀਤਾ ਸੀ ਦੇਖ ਉਹ ਬੰਦਾ ਕਿੱਥੇ ਪਹੁੰਚਾ ਤੇਰੇ ਲੱਛਣ ਤੂੰ ਕੱਲੇ ਆਰਟਿਸਟ ਦਾ ਏ ਡਿਜ਼ਰਵ ਨਹੀਂ ਕਰਦਾ ਏ ਕੱਲਾ ਏ ਹੀ ਨਹੀਂ ਡਿਜ਼ਰਵ ਕਰਦਾ ਉਹਨਾਂ ਵਾਲੇ ਦਾ ਆਪਾਂ ਕਰ ਨਹੀਂ ਸਕਦੇ ਮੈਚ ਆਪਾਂ ਕਿਸੇ ਨਾਲ ਤੇਰਾ ਕੰਪੈਰੀਜ਼ਨ ਨਹੀਂ ਕਰ ਸਕਦੇ ਕਿਹੜਾ ਲੈਵਲ ਨਹੀਂ ਕਰ ਸਕਦਾ ਤਾਂ ਮਰ ਜਾਣਾ ਤੂੰ ਤਾਂ ਮਰ ਇਹ
ਹਾਂ
ਆਪ ਨੀ ਖਾਂਦਾ ਜੇ ਕਿਸੇ ਵੀਡੀਓ ਚ ਧੱਕਾ ਹੀ ਲੱਗਿਆ ਹੋਇਆ ਆਪ ਨੀ ਖਾਂਦਾ ਓਹਨੇ ਬਣਾਉਣ ਲੱਗਿਆ ਹੋਇਆ ਹਲਕ ਦਾ ਇੱਕੋ ਚੀਜ਼ ਹਾਂ ਭੁੱਖ ਤੇ ਲੱਗਣੀ ਜੀਬ ਮੂਤਦੀ ਆ ਭਾਈ ਗੰਦ ਨੇ ਜੋ ਜੋ ਪਵਾਇਆ ਇਹਨੇ ਤਾਂ ਵੰਡ ਦੇਣੇ ਵਿਆਹ ਕਰਾ ਲਈ ਲੋਕ ਕਰਾਉਣਾ ਹੀ ਪੈਣਾ ਕਿਸੇ ਨਾਲ ਤਾਂ ਮਹਿੰਗੀ ਪਰ ਵੱਡਾ ਡੱਬਾ ਮਹਿੰਗਾ ਹੁੰਦਾ ਵੱਡਾ ਡੱਬਾ ਮਹਿੰਗਾ ਹੁੰਦਾ ਕੀ ਖਾਣਾ ਪੀਜ਼ਾ ਕਿਹੜਾ ਕੌਨ ਪੀਜ਼ਾ ਤੇ ਚਾਰ ਦਿਨ ਬਾਅਦ ਚਾਰ ਦਿਨ ਬਾਅਦ ਪੀਜ਼ਾ ਹੀ ਖਾਣੇ ਆ ਅਸੀਂ ਬਣਵਾਉਣੀ ਹੈ ਨੀ ਖਾਣਾ ਵਾ
ਕੰਟੀਨਿਊਡ ਆ ਜੇ ਬਸ ਮੈਂ ਹੋਰ ਨਹੀਂ ਦੇਖ ਸਕਦਾ ਪਲੀਜ਼ ਮੰਜਾ ਦਿਖਿਆ ਪੱਖਾ ਦਿਖਿਆ ਫਰਾਟਾ ਖਾਂਦੀ ਦਿਖਿਆ ਜਾਂਦੀ ਦਿਖਿਆ ਕਮਰਾ ਦਿਖਿਆ ਬਸ ਫਰਾਟਾ ਪੱਖਾ ਦਿਖਿਆ ਉਹਦੀ ਵਿਆਹ ਤੋਂ ਪਹਿਲਾਂ ਵਾਲੀ ਜ਼ਿੰਦਗੀ ਇਹੀ ਸੀ ਚੱਕੀ ਕਮਰੇ 'ਚ ਲੈ ਗਿਆ ਖਵਾਇਆ ਪਿਆ ਛੱਡ ਗਿਆ ਵਾਲ ਕਦੋਂ ਖੁੱਲੇ ਯਾਰ ਤੂੰ ਸਾਲਾ ਹੋਰ ਇੱਕ ਨਾ ਤੈਨੂੰ ਮੰਨਿਆ ਡੇਟਿੰਗ ਨਹੀਂ ਆਉਂਦੀ ਬਾਕੀ ਜੋੜਦੀਆਂ ਸੀ ਉਹ ਇੱਕ ਨਾਂ ਪਾਉਂਦਾ ਉਹ ਖਾਸ ਸੀ ਇਹਨੇ ਦਿਖਾਉਣਾ ਸੀ ਮੈਂ ਸਟੱਡ ਲੱਗਾ ਪਹਿਲਾਂ ਦੇਖਣ ਵਾਲਾ ਪੂਰਾ ਯਾਰ ਮੈਂ ਗੈਂਡਾ ਨਿਕਲ ਜਾਂ ਵਿੱਚੋਂ ਪਾੜ ਕੇ ਉਹ ਆਹੀ ਆਪਦੇ ਆਪ ਨੂੰ ਦਿਖਾਉਂਦਾ ਵੀ ਮੈਂ ਭੈਣ ਚੋਂ ਕਰਿੰਦਾ ਪੂਰਾ ਆਹ ਯਾਰ ਦੇ ਘਰ ਦੇ ਨਹੀਂ ਦੇਖਦੇ ਹੁਣ ਆਹ ਚੀਜ਼ਾਂ ਉਹਦਾ ਦੇਖ ਕੇ ਪ੍ਰਾਊਡ ਕਰ ਲਿਆ ਆਹ ਮੇਰਾ ਗੁੱਲਾ ਹਨਾ ਠੀਕ ਆ ਗੁੱਡ ਯਾਰ ਆਹ ਚੀਜ਼ਾਂ ਨਹੀਂ ਦੇਖਦੇ ਨਾਈਸ ਕੀਪ ਇਟ ਅਪ ਕੀ ਮੈਸੇਜ ਦੇ ਰਿਹਾ ਯੂਥ ਨੂੰ ਅੱਗੇ ਬੱਚਿਆਂ ਨੂੰ ਹੱਥ ਬੰਨਤੇ ਭਾਈ ਇੱਦਾਂ ਦੀ ਮੈਂ ਆਹ ਚੀਜ਼ ਨਾ ਸਿੱਖਿਓ ਸਾਰੀਆਂ ਭੈਣਾਂ ਨੂੰ ਰਿਕੁਐਸਟ ਆ ਬੱਚਿਆਂ ਨੂੰ ਰਿਕੁਐਸਟ ਆ ਚੰਡਾ ਉੱਡ ਉੱਡ ਬਹਿਣਗੀਆਂ ਜੇ ਆਹ ਕੁਛ ਕੀਤਾ ਵਧੀਆ ਮਾਵਾਂ ਦੇ ਕੋਲ ਬੈਠੇ ਹੋ ਟਿਕ ਕੇ ਬੈਠੋ ਆਪਦੇ ਫਿਊਚਰ ਦਾ ਧਿਆਨ ਦਿਓ ਆਪਦੇ ਬਾਪੂ ਵੱਲ ਦੇਖੋ ਇਹਨਾਂ ਦੀ ਯੂਟਿਊਬ ਤੇ ਜਿਹਨਾਂ ਨੂੰ ਦੇਖ ਕੇ ਉਹਨਾਂ ਵਰਗੇ ਬਣਨਾ ਚਾਹੁੰਦੇ ਹੋ ਮੋਟੀਵੇਟ ਹੁੰਦੇ ਹੋ ਮੋਟੀਵੇਸ਼ਨਲ ਚਾਹੇ ਉਹ ਕੋਈ ਫੂਡ ਬਲੌਗਰ ਆ ਵਧੀਆ ਅੱਛੀਆਂ ਵੀਡੀਓ ਦੇਖਿਆ ਕਰੋ ਵਧੀਆ ਚਾਹੇ ਕੋਈ ਫੂਡ ਬਲੌਗਰ ਆ ਚਾਹੇ ਕੋਈ ਘੁੰਮਣ ਫਿਰਨ ਵਾਲਾ ਵਾ ਚਾਹੇ ਕੋਈ ਗੱਡੀਆਂ ਦਿਖਾਉਣ ਵਾਲਾ ਕੁਛ ਵੀ ਆ ਉਹਨੂੰ ਦੇਖੋ ਜਿਹੜਾ ਕੋਈ ਚੱਜ ਦੀ ਚੀਜ਼ ਦਿਖਾਉਂਦਾ ਜਿਹਦੇ ਨਾਲ ਤੁਹਾਡੀ ਐਜੂਕੇਸ਼ਨ ਗੇਨ ਹੋਵੇ ਨਾ ਉਦਾਂ ਦੀਆਂ ਚੀਜ਼ਾਂ ਦੇਖੋ ਠੀਕ ਆ ਆਹ ਕੁਛ ਨਾ ਦੇਖਿਓ ਇਹ ਕੁਛ ਜੇ ਤੁਸੀਂ ਦੇਖ ਵੀ ਲਿਆ ਵਾ ਤਾਂ ਆਪਣੇ ਉੱਤੇ ਹਾਵੀ ਨਾ ਹੋਣ ਦਿਓ ਜਵਾਕਾਂ ਨੂੰ ਕਹਿ ਰਹੇ ਜਿਹੜੇ ਦੇਖਦੇ ਪਏ ਆਪਦੀ ਫੈਮਿਲੀ ਨਾਲ ਬੈਠ ਕੇ ਚਾਹੇ ਤੁਸੀਂ ਬਾਹਰ ਬੈਠੇ ਹੋ ਚਾਹੇ ਇੰਡੀਆ ਬੈਠੇ ਹੋ ਚੰਡਾ ਤੁਹਾਡੇ ਦੋਵੇਂ ਪਾਸੇ ਪੈ ਜਾਣੀਆਂ ਨੇ ਇਹ ਨਾ ਸਮਝੋ ਕਿਉਂਕਿ ਆਪਣੇ ਇੰਡੀਅਨ ਨੇ ਸੋ ਤੁਸੀਂ ਆ ਗੰਦ ਨੀ ਪਾਉਣਾ ਇਹ ਤਾਂ ਵਿਆਹ ਗਏ ਇਹੀ ਰੱਬ ਨਾ ਕਰੇ ਵਿਆਹ ਨਾ ਹੁੰਦਾ ਸਨੈਪਚੈਟਾਂ ਬਾਹਰ ਲਿਖ ਭੇਜ ਸੈਂਡ ਕਰ ਦਿੰਦਾ ਇਹਨੇ ਗੰਦ ਹੀ ਪਾਉਣਾ ਸੀ ਕੁੜੀ ਤਾਂ ਵਿਆਹ ਨੂੰ ਔਖੀ ਹੋ ਗਈ ਸੀ ਯਾਰ ਜੋ ਜੋ ਇਹਦੇ ਲੱਛਣ ਆ ਬੰਦੇ ਦੇ ਤੈਨੂੰ ਕੀ ਲੱਗਦਾ ਵਿਆਹ ਨੂੰ ਮਨਾ ਕਰ ਦਿੰਦੇ ਨੇ ਕੀ ਕੋ ਕਰ ਦਿੰਦੇ 100% ਮੈਂ ਸਮਝ ਇਹਨੇ ਗੰਦ ਪਾ ਲੈਣੇ ਕੁੜੀ ਦੀ ਜ਼ਿੰਦਗੀ ਰੋੜ ਦੇਣੀ ਸੀ ਇਹਨੇ ਰੋਲੀ ਤਾਂ ਹੁਣ ਵੀ ਇੱਕ ਦੂਜੇ ਦੀ ਪਈ ਹੈ ਇਹਨਾਂ ਨੇ ਮੈਂ ਦੋਨਾਂ ਨੂੰ ਵੀ ਸਹੀ ਕਹਿੰਦਾ ਕਿਉਂਕਿ ਪਹਿਲਾਂ ਮਾੜੀ ਮੋਟੀ ਸਹੀ ਹੁੰਦੀ ਸੀ ਕੁੜੀ ਅਸੀਂ ਪ੍ਰੀਤ ਨੂੰ ਸਪੋਰਟ ਕਰਦੇ ਠੀਕ ਆ ਇਹਨੂੰ ਸੁਧਾਰਨਾ ਚਾਹੀਦਾ ਬਾਵੇ ਨੂੰ ਅਕਲ ਦੇਵੇ ਬਟ ਨਹੀਂ ਹੁਣ ਪਤਾ ਚੱਲਦਾ ਪਿਆ ਗੱਲਾਂ ਵਿੱਚੋਂ ਜਦੋਂ ਬਾਹਰ ਆ ਰਹੀਆਂ ਨੇ ਨਾ ਉਹਦਾ ਦਿਮਾਗ ਕੰਟਰੋਲ ਕੀਤਾ ਹੋਇਆ ਉਹ ਚੱਲਦਾ ਪਿਆ ਇਸ਼ਾਰਿਆਂ ਤੇ ਪਤਾ ਵੀ ਇਹ ਤਾਂ ਉਹੀ ਦੱਸ ਸਕਦੇ ਆ ਵੀ ਜਿਹਨਾਂ ਨੂੰ ਪਤਾ ਡੱਡਾਂ ਕਿਹੜੇ ਵੇਲੇ ਪਾਣੀ ਪੀ ਜਾਂਦੀਆਂ ਨੇ ਸਹੀ ਹੈ ਨਾ ਚਲੋ ਬਾਕੀ ਬਾੜੀ ਲੰਬੀ ਗੱਲ ਨਹੀਂ ਕਰਦੇ ਦੱਸੋ ਕਿਵੇਂ ਲੱਗੀ ਵੀਡੀਓ ਬਾਕੀ ਟਵਿੱਟਰ ਤੇ ਮਤ ਪਤਾ ਅਕਾਊਂਟ ਬਣਾਓ ਤੇ ਕਮੈਂਟਾਂ 'ਚ ਹੈਸ਼ਟੈਗ ਯੂਜ਼ ਕਰੋ ਵੀ ਵਾਂਟ ਜਸਟਿਸ ਐਂਡ ਜਸਟਿਸ ਫੋਰ ਸਿੱਧੂ ਮੂਸੇਵਾਲਾ ਬਾਕੀ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਪ੍ਰੈਸ ਦੀ ਬੈਲ ਆਈਕਨ ਤੇ ਆਨ ਤੇ ਕਰ ਦਿਓ ਕਲਿੱਕ ਤਾਂ ਜੋ ਵੀਡੀਓ ਤੁਹਾਨੂੰ ਨਾਲ ਪਤਾ ਲੱਗ ਸਕੇ ਮਿਲਦੇ ਅਗਲੀ ਵੀਡੀਓ ਅਡੀਓਸ ਅਮੀਗੋ ਜੇ ਹੋ ਗਏ ਟੱਕਰੇ ਆ ਸਿੱਧੀਆਂ ਮੱਥੇ ਨੂੰ ਆਉਣਗੀਆਂ ਸਾਡੇ ਵਾਰੀ ਛਿੱਟ ਟੋਕਾਂ ਦੇ ਸਾਡੇ ਕੋਲੇ ਸਿੱਕਦੇ ਨੇ ਅੱਜ ਵੀ ਜੇ ਕੋਈ ਪਿਓ ਪੁੱਛਦਾ ਤਾਂ ਨਾ ਸਿੱਧੂ ਦਾ